Oh,
परसादी जाने आ।
ਮਹਾਸਾਗਰ ਭਗਤ ਵਸ਼ਲ ਰਾਜਾਨ ਰਾਜ ਆਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੰਗਤ ਸਰੂਪ ਸੰਧਿਆ ਸਮੇਂ ਜਿੰਨੇ ਸਰੀਰ ਜੁੜੇ ਹਾਂ ਮਨ ਬਿਰਤੀਆਂ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਹਾਜ਼ਰੀ ਦਵਾਈਏ। ਕੋਈ ਵੀ ਰਸਨਾ ਅਜਿਹੀ ਨਾ ਹੋਵੇ ਜੋ ਵਾਂਝੀ ਰਹਿ ਜਾਏ। ਸਾਰੀ ਸੰਗਤ ਆਖੋ ਸਤਨਾਮ 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 ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਪਾਵਨ ਬਚਨ ਕੀਰਤਨ ਰੂਪ ਵਿੱਚ ਆਪ ਜੀ ਨਾਲ ਸਾਂਝੇ ਕੀਤੇ ਗਏ। ਆਪ ਜੀ ਵੱਲੋਂ ਹੁਕਮ ਸੀ ਇਹਨਾਂ ਸ਼ਬਦਾਂ ਦਾ ਗਾਇਨ ਕੀਤਾ ਜਾਏ ਔਰ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਅੱਗੇ ਤਰਲਾ ਹੈ ਵਾਹਿਗੁਰੂ ਕਈ ਜਨਮਾਂ ਜਨਮਾਂਤਰਾਂ ਤੋਂ ਤੇਰੇ ਤੋਂ ਵਿਛੜੇ ਹੋਏ ਹਾਂ ਔਰ ਸਾਡੇ ਕੋਲ ਇੰਨੀ ਲਿਆਕਤ ਨਹੀਂ ਅਸੀਂ ਤੇਰੀ ਨਜ਼ਰ 'ਚ ਪ੍ਰਵਾਨ ਚੜ ਸਕੀਏ। ਇਸ ਲਈ ਤੁਹਾਡੇ ਅੱਗੇ ਇੱਕ ਤਰਲਾ ਹੈ ਮਿਹਨਤ ਹੈ। ਬਹੁਤ ਚੱਕਰ ਪਏ ਨੇ ਇਸ ਮਨੁੱਖੀ ਜਾਮੇ ਨੂੰ ਧਾਰਨ ਕਰਦਿਆਂ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਪਸ਼ੂ ਪੰਛੀ ਜੀਵ ਜੰਤੂ ਪਤਾ ਨਹੀਂ ਕਿੰਨੀ ਵਾਰ ਜਨਮ ਹੋਇਆ ਕਿੰਨੀ ਵਾਰ ਮਰਨ ਹੋਇਆ ਜਿਹਦਾ ਗਿਆਨ ਕੋਈ ਨਹੀਂ ਔਰ ਅੱਗੇ ਕਿੰਨੀ ਵਾਰੀ ਹੋਣਾ ਹੈ ਪਤਾ ਇਹਦਾ ਵੀ ਕੋਈ ਨਹੀਂ। ਇਸ ਲਈ ਅਸੀਂ ਆਪਣੀ ਸਿਆਣਪ ਨੂੰ ਇੱਕ ਪਾਸੇ ਕਰਕੇ ਤੇਰੇ ਅੱਗੇ ਇੱਕ ਤਰਲਾ ਲੈਂਦੇ ਹਾਂ ਵਾਹਿਗੁਰੂ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀ ਜੈ। ਔਰ ਉਹ ਦਰਸ਼ਨ ਕਿਸੇ ਪ੍ਰਤੀਬਿੰਬ ਕੋਈ ਸਰੀਰ ਕਰਕੇ ਜਾਂ ਦੂਸਰਾ ਨਹੀਂ ਵਾਹਿਗੁਰੂ ਉਹ ਦਰਸ਼ਨ ਮੈਨੂੰ ਆਪਣੇ ਹੁਕਮ ਕਰਕੇ ਬਖਸ਼ੀ ਨਾਮ ਕਰਕੇ ਬਖਸ਼ੀ ਔਰ ਉਹ ਨਾਮ ਕਰਕੇ ਮੈਨੂੰ ਉਹ ਦਾਤ ਦਿਖਿਆ ਬਖਸ਼ੀ ਜਿਹੜੀ ਜਨਮ ਤੋਂ ਪਹਿਲਾਂ ਵੀ ਮੇਰੇ ਨਾਲ ਸੀ ਅੱਜ ਵੀ ਨਾਲ ਹੈ ਅਤੇ ਜਿੱਦਣ ਪੰਜ ਭੂਤਕ ਸਰੀਰ ਦਾ ਤਿਆਗ ਕਰ ਜਾਵਾਂ ਉਸ ਦਿਨ ਵੀ ਉਹ ਨਾਲ ਹੋਵੇ। ਜੇ ਘੱਟ ਜਾਏ ਤਾਂ ਭਉ ਨਾ ਜਾਸੀ ਹਰ ਕੇ ਚਰਨ ਨਿਵਾਸਾ। ਸਤਿਗੁਰਾਂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ। ਸਤਿਗੁਰੂ ਤੇਰੀ ਕਿਰਪਾ ਦੇ ਨਾਲ ਮਨੁੱਖੀ ਜਾਮਾ ਮਿਲਿਆ। ਇਸ ਜਾਮੇ ਦੇ ਅੰਦਰ ਇੱਕ ਸਮਝ ਜ਼ਰੂਰ ਆਈ ਪਹਿਲਾਂ ਕੀ ਸੀ ਇਹ ਵੀ ਨਹੀਂ ਪਤਾ ਅੱਗੇ ਕੀ ਹੋਣਾ ਹੈ ਇਹ ਵੀ ਨਹੀਂ ਪਤਾ ਪਰ ਇੰਨਾ ਜ਼ਰੂਰ ਗਿਆਨ ਹੋਇਆ ਸੋਤੇ ਅਪਰਾਧ ਕਰਤ ਹੈ ਜੇਤੇ
ਜਨਨੀ ਚੀਤਨ ਰੱਖ ਸਤੇਤੇ ਰਾ ਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ। ਇਸ ਜਨਮ 'ਚ ਇੰਨਾ ਕੁ ਗਿਆਨ ਜ਼ਰੂਰ ਹੋਇਆ, ਪਰਮੇਸ਼ੁਰ ਤੂੰ ਮਾਂ ਵਰਗਾ ਹੈ, ਹੇ ਪਰਮੇਸ਼ੁਰ ਤੂੰ ਬਾਪ ਵਰਗਾ ਹੈ, ਹੇ ਵਾਹਿਗੁਰੂ ਜਿਵੇਂ ਮਾਂ ਬਾਪ ਆਪਣੀ ਔਲਾਦ ਦੇ ਔਗੁਣਾਂ 'ਤੇ ਪਰਦੇ ਪਾਉਂਦੇ ਆ ਪਰ ਗੁਣਾਂ ਨੂੰ ਨਸ਼ਰ ਕਰਦੇ। ਬੇਸ਼ੱਕ ਲੋਕਾਂ ਦੀ ਫਿਤਰਤ ਹੈ ਗੁਣਾਂ 'ਤੇ ਪਰਦੇ ਪਾ ਕੇ ਔਗੁਣਾਂ ਨੂੰ ਨਸ਼ਰ ਕਰਦੇ ਆ, ਪਰ ਮਾਂ ਬਾਪ ਔਗੁਣਾਂ 'ਤੇ ਪਰਦੇ ਪਾ ਕੇ ਗੁਣਾਂ ਦੀ ਗੱਲ ਅੱਗੇ ਰੱਖਦੇ, ਕਦੀ ਨਹੀਂ ਕਹਿੰਦੇ ਸਾਡੀ ਔਲਾਦ ਮਾੜੀ ਹੈ, ਭਾਵੇਂ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ। ਬੱਚੇ ਭਾਵੇਂ ਕਦੇ ਵੀ ਆਪਣੇ ਮਾਂ ਬਾਪ ਦੀ ਸਿਫਤ ਨਾ ਕਰਨ, ਆਪਣੇ ਆਪ ਨੂੰ ਅੱਗੇ ਰੱਖਣ, ਪਰ ਮਾਂ ਬਾਪ ਨੇ ਕਦੀ ਐਸਾ ਨਹੀਂ ਕੀਤਾ। ਫਿਤਰਤ ਹੈ ਉਹਨਾਂ ਦੀ। ਦੁਨੀਆਦਾਰੀ ਮੂੰਹ 'ਤੇ ਖੁਸ਼ਾਮਦ ਕਰਦੀ ਹੈ, ਪਿੱਠ ਪਿੱਛੇ ਜੜ੍ਹਾਂ ਵੱਢ ਦਿੰਦੀ, ਪਰ ਮਾਂ ਬਾਪ ਮੂੰਹ 'ਤੇ ਝਿੜਕ ਲੈਂਦੇ, ਪਿੱਠ ਪਿੱਛੇ ਨਾਲ ਖਲੋਂਦੇ। ਦੁਨੀਆਦਾਰੀ ਨੂੰ ਚੰਗਾ ਪੱਖ ਚੰਗਾ ਲੱਗਦਾ ਹੈ, ਮਾੜਾ ਨਹੀਂ, ਪਰਮੇਸ਼ੁਰ ਨੂੰ ਮਾੜਾ ਵੀ ਚੰਗਾ ਲੱਗਦਾ ਹੈ। ਮਾਂ ਬਾਪ ਨੂੰ ਕਦੇ ਸਾਡੀ ਗੰਦਗੀ ਤੋਂ ਬੋ ਨਹੀਂ ਆਈ, ਕਦੇ ਔਗਣਾਂ ਤੋਂ ਉਹਨਾਂ ਨੇ ਪਾਸਾ ਨਹੀਂ ਵੱਟਿਆ। ਸਮਝਾਉਂਦੇ ਜ਼ਰੂਰ ਨੇ, ਇੱਕ ਵਾਰ ਨਹੀਂ ਕਈ ਵਾਰ, ਅੱਕਦੇ ਵੀ ਨਹੀਂ, ਥੱਕਦੇ ਵੀ ਨਹੀਂ। ਇਸ ਲਈ ਇਸ ਜਾਮੇ 'ਚ ਸਮਝ ਆ ਗਈ ਤੂੰ ਵਾਹਿਗੁਰੂ ਮਾਂ ਵਰਗਾ ਹੈ, ਤੂੰ ਪਿਤਾ ਵਰਗਾ ਹੈ। ਪਰ ਮੇਰਾ ਭਰੋਸਾ ਹੈ ਜਿਵੇਂ ਉਹ ਆਪਣੇ ਬੱਚਿਆਂ ਦੇ ਔਗਣਾਂ ਨੂੰ ਨਾ ਚਿਤਾਰਦਿਆਂ ਲਿਬੜੇ ਹੋਏ ਨੂੰ ਮਾਂ ਗੱਲ ਨਾ ਲਾ ਲੈਂਦੀ, ਔਗਣ ਕੱਜ ਕੇ ਗੁਣਾਂ ਦੀ ਗੱਲ ਰੱਖਦੀ ਹੈ। ਪਿਓ ਮੂੰਹ 'ਤੇ ਝਿੜਕ ਲੈਂਦਾ ਹੈ, ਪਿੱਠ ਪਿੱਛੇ ਨਾਲ ਖੜਦਾ ਹੈ, ਵਾਹਿਗੁਰੂ ਤੂੰ ਇਸ ਤਰ੍ਹਾਂ ਦਾ ਹੈ, ਇਸ ਲਈ ਤੇਰੇ ਅੱਗੇ ਇੱਕ ਤਰਲਾ ਹੈ, ਮਿਹਨਤ ਹੈ, ਬਖਸ਼ਿਸ਼ ਕਰੀ ਮੇਰੇ ਕਰਮਾਂ 'ਤੇ ਨਾ ਜਾਏ। ਅਸੀਂ ਕਈ ਵਾਰੀ ਸੋਚਦੇ ਵੀ ਮੈਂ ਚੰਗੇ ਕਰਮ ਬਹੁਤ ਕਰਦਾ, ਅਤੇ ਪਾਠ ਕਰਨ ਲੱਗੇ ਵੀ ਅਸੀਂ ਗਿਣਤੀ ਕਰ ਲੈਂਦੇ, ਇੰਨੇ ਪਾਠ ਕੀਤੇ ਅਤੇ ਇੰਨੇ ਕਰਨੇ। ਚਲੋ ਗਿਣਤੀ ਵੀ ਕੋਈ ਮਾੜੀ ਗੱਲ ਨਹੀਂ, ਪਰ ਇਸ ਕਰਕੇ ਨਾ ਕਰੀ ਵੀ ਮੈਂ ਵੱਧ ਕਰ ਚੁੱਕਾ ਹੈ, ਕਿਉਂਕਿ ਜੇ ਤੂੰ ਗਿਣਤੀਆਂ 'ਚ ਪੈਂਦਾ ਹੈ, ਕਿੰਨੀ ਵਾਰੀ ਮਾੜਾ ਸੋਚਿਆ ਹੈ, ਕਿੰਨੀ ਵਾਰੀ ਮਾੜਾ ਬੋਲਿਆ ਹੈ, ਕਿੰਨੀ ਵਾਰੀ ਮਾੜਾ ਲਿਖਿਆ ਹੈ, ਅਤੇ ਕਿੰਨੀ ਵਾਰੀ ਮਾੜਾ ਕੀਤਾ ਹੈ, ਇਹਦਾ ਤਾਂ ਅੰਤ ਹੀ ਕੋਈ ਨਹੀਂ, ਇਹਦਾ ਪਤਾ ਹੀ ਕੋਈ ਨਹੀਂ। ਇਸ ਲੇਖੇ 'ਚ ਅਗਰ ਤੂੰ ਪੈਣ ਦੀ ਕੋਸ਼ਿਸ਼ ਕਰੇਗਾ, ਇੱਥੇ ਤੋਂ ਛੁਟਕਾਰਾ ਪਾਇਆ ਨਹੀਂ ਜਾਣਾ। ਛੁਟਕਾਰਾ ਤਾਂ ਕੇਵਲ ਇੱਕੋ ਹੀ ਰਾਹ ਰਹਿ ਜਾਂਦਾ ਹੈ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਇੱਥੇ ਮੰਮੇ ਨੂੰ ਸਿਹਾਰੀ ਲੱਗੀ ਹੋਈ, ਇਸ ਕਰਮ ਤੋਂ ਭਾਵ ਬਖਸ਼ਿਸ਼ ਹੈ ਵੀ ਮੈਂ ਆਪਣੇ ਆਪ ਚਾਹਵਾਂ ਵੀ ਮੈਂ ਤੇਰੇ ਦਰ ਪ੍ਰਵਾਨ ਚੜ੍ਹ ਜਾਂ। ਨਹੀਂ, ਤੇਰੀ ਮਰਜ਼ੀ ਹੋਵੇ ਤਾਂ ਤੂੰ ਪ੍ਰਵਾਨ ਚੜ੍ਹਾ ਸਕਦਾ। ਇਸ ਲਈ ਸਤਿਗੁਰੂ ਕਈ ਜਨਮਾਂ ਜਨਮਾਂਤਰਾਂ ਤੋਂ ਭਟਕੇ ਆ, ਪਤਾ ਨਹੀਂ ਕਿੰਨਿਆਂ 'ਚ ਭਟਕਣਾ ਹੈ, ਕੋਈ ਪਤਾ ਨਹੀਂ। ਔਰ ਕੋਈ ਆਖਦਾ ਹੈ ਪੰਜ ਭੂਤਕ ਸਰੀਰ ਪੰਜ ਤੱਤਾਂ ਦਾ ਬਣਿਆ ਹੈ, ਇਹ ਵੀ ਪੜ੍ਹਦਾ ਹੈ, ਕਰਮ ਕਰਕੇ ਮਨੁੱਖੀ ਜਾਮਾ ਮਿਲਿਆ, ਕਰਮ ਕਰਕੇ ਅੱਗੇ ਮਿਲੋ। ਪਰ ਮੇਰਾ ਮਨ ਤੇਰੇ ਅੱਗੇ ਅਰਦਾਸ ਕਰਕੇ ਤੇਰੇ ਬਚਨਾਂ ਨੂੰ ਪੜ੍ਹਦਾ ਹੈ, ਪੰਚ ਤੱਤ ਮਿਲ ਕਾਇਆ ਕਿੰਨੀ ਤੱਤ ਕਹਾਂ ਤੇ ਕੀ ਨਰੇ, ਤੱਤ ਵੀ ਤਾਂ ਤੂੰ ਹੀ ਪੈਦਾ ਕੀਤੇ ਨੇ, ਕੋਈ ਦੂਸਰਾ ਤਾਂ ਹੈ ਨਹੀਂ। ਕਰਮ ਵੱਧ
ਤੁਮ ਜੀਓ ਕਹਿਤ ਹੋ ਕਰਮੇ ਕਿਨ ਜੀਓ ਦੀਨ ਰੇ ਜੇ ਕਰਮਾ ਕਰਕੇ ਜੀਵ ਬਣਿਆ ਹੇ ਵਾਹਿਗੁਰੂ ਕਰਮ ਵੀ ਤਾਂ ਤੂੰ ਪੈਦਾ ਕੀਤੇ ਨੇ ਮਾੜੇ ਚੰਗੇ ਤੂੰ ਪੈਦਾ ਕਰਨ ਵਾਲਾ ਹੈ ਤੂੰ ਹੀ ਬਖਸ਼ਣ ਵਾਲਾ ਹੈ ਇਸ ਲਈ ਆਪਣੇ ਆਪ ਨੂੰ ਇਹ ਉਹ ਤਰਲਾ ਹੈ ਜਿਹੜਾ ਸਰੈਂਡਰ ਕਰ ਜਾਏ ਇਹ ਨਹੀਂ ਵੀ ਅੰਦਰ ਤਰਲੇ ਲੈਣੇ ਅਤੇ ਬਾਹਰ ਹੰਕਾਰ ਵਿਖਾਉਣਾ ਇਹ ਗੱਲ ਚੱਲਣੀ ਅੰਦਰ ਬੜੀ ਨਿਮਰਤਾ ਵਿਖਾਉਣੀ ਅਤੇ ਬਾਹਰ ਮੁੱਛਾਂ ਨੂੰ ਤਾ ਦੇ ਕੇ ਕਹਿਣਾ ਮੇਰੇ ਵਰਗਾ ਬੰਦਾ ਕੋਈ ਮੇਰੇ ਜਿੰਨਾ ਦਾਨੀ ਕੋਈ ਨਹੀਂ ਮੇਰੇ ਜਿੰਨਾ ਅਮੀਰ ਜ਼ਿਆਦਾ ਕੋਈ ਨਹੀਂ ਮੇਰੇ ਜਿੰਨੀਆਂ ਡਿਗਰੀਆਂ ਕਿਸੇ ਕੋਲ ਨਹੀਂ ਮੇਰੀ ਜਾਤ ਬੜੀ ਉੱਚੀ ਜੇ ਗੱਲਾਂ ਤੇਰੇ ਜਿਨ 'ਚ ਨੇ ਤੇਰੇ ਤਰਲੇ ਵੀ ਕਿਸੇ ਕੰਮ ਦੇ ਨਹੀਂ ਹੋਣਗੇ ਪਖੰਡ ਹੋਏਗਾ ਇਸ ਲਈ ਤਰਲਾ ਮਿੰਨਤ ਉਹ ਵੀ ਉਹੀ ਪ੍ਰਵਾਨ ਚੜ੍ਹਦੀ ਹੈ ਜਿਹੜੀ ਆਪੇ ਨੂੰ ਮਾਰ ਕੇ ਗੁਰੂ ਦੇ ਚਰਨਾਂ 'ਚ ਝੁੱਕ ਜਾਏ ਨੀਵੇਂ ਹੋ ਜਾ ਇਸ ਲਈ ਅਤੇ ਕਿਤੇ ਨਾ ਕਿਤੇ ਅਜੇ ਸਾਡਾ ਮਨ ਜਿਹੜਾ ਉਹ ਜਦੋਂ ਗੁਰੂ ਘਰ ਆਉਂਦਾ ਜ਼ਰੂਰ ਕੁਝ ਸਮੇਂ ਲਈ ਸ਼ਾਂਤ ਹੁੰਦਾ ਹੈ ਬਾਹਰ ਨਿਕਲਦਿਆਂ ਸਾਰੇ ਸ਼ੁਰੂ ਹੋ ਜਾਂਦਾ ਹੈ ਪਰ ਬਹੁਤਿਆਂ ਦਾ ਅੱਜ ਸਿਸਟਮ ਹਿੱਲ ਚੁੱਕਾ ਹੈ ਜਿਸ ਗੁਰੂ ਘਰ ਆ ਕੇ ਤਰਲਾ ਲੈ ਕੇ ਆਪਣੇ ਔਗਣਾਂ ਨੂੰ ਬਖਸ਼ਾਉਣਾ ਹੁੰਦਾ ਹੈ ਸ਼ਾਂਤੀ ਲੈਣੀ ਹੈ ਈਰਖਾ ਤੋਂ ਛੁਟਕਾਰਾ ਪਾਉਣਾ ਹੈ ਔਰ ਸੱਚ ਜਾਣਿਓ ਉਹ ਕਈ ਗਲਤੀਆਂ ਹੀ ਉੱਥੇ ਕਰ ਰਹੇ ਹੁੰਦੇ ਆ ਤਰਲਾ ਹੀ ਲਈਏ ਸਤਿਗੁਰੂ ਰਹਿਮਤ ਕਰੀ ਇਸ ਤਰ੍ਹਾਂ ਦੀ ਕੁਤਾਹੀ ਨਾ ਹੋ ਜਾਏ ਕਿਉਂ ਬਾਹਰ ਕੀਤੇ ਹੋਏ ਔਗਣ ਤਾਂ ਇੱਥੇ ਬਖਸ਼ੇ ਜਾਣਗੇ ਜੇ ਮੈਂ ਇੱਥੇ ਘਰ ਬੈਠਾ ਬਖਸ਼ੇ ਨਹੀਂ ਜਾਣਗੇ ਇਸ ਲਈ ਤੇਰੇ ਅੱਗੇ ਤਰਲਾ ਹੈ ਔਰ ਅਗਲੇ ਪਾਵਨ ਬਚਨ ਤੁਸੀਂ ਮੈਨੂੰ ਇਹ ਵੀ ਕਹਿ ਸ਼ਬਦ ਧੰਨ ਕਹੋ ਗੁਰਸਤਿਗੁਰੂ ਗੁਰਸਤਿਗੁਰੂ ਜਿੱਤ ਮਿਲ ਹਰ ਪੜਦਾ ਕੱਜਿਆ ਜਿੱਥੇ ਤਰਲਾ ਲਿਆ ਉੱਥੇ ਸਤਿਗੁਰਾਂ ਨੂੰ ਧੰਨ ਆਖਿਆ ਅਤੇ ਜਿਹੜਾ ਮਨ ਆਤਮਾ ਗੁਰੂ ਨੂੰ ਧੰਨ ਆਖਦੀ ਹੈ ਉਹ ਧੰਤਾ ਦੇ ਯੋਗ ਹੋ ਜਾਂਦੀ ਹੈ ਪਰ ਧੰਤਾ ਦੇ ਯੋਗ ਉਹੀ ਹੋ ਜਿਹੜੀ ਧੰਤਾ ਦੇ ਵਿੱਚ ਸਮਾ ਗਈ ਅਜੇ ਤਾਂ ਕਿਤੇ ਨਾ ਕਿਤੇ ਅਸੀਂ ਭੱਜਦੇ ਹਾਂ ਜਨਮ ਦਾ ਸੂਤਕ ਮੰਨਦੇ ਹਾਂ ਉਪਾਅ ਵੀ ਕਰਾਉਂਦੇ ਫਿਰਦੇ ਵਿਆਹ ਸਮੇਂ ਨਿਆਣਿਆਂ ਨੂੰ ਮੰਗਲੀਕ ਵੀ ਮੰਨ ਲੈਂਦੇ ਕਿ ਭਰਮ ਪਾਲੀ ਬੈਠੇ ਨੇ ਗੁਰੂ ਨੂੰ ਮੱਥਾ ਵੀ ਟੇਕਦੇ ਨੇ ਭਰੋਸਾ ਵੀ ਹੈ ਨਹੀਂ ਫਿਰ ਪੁੱਛਣ ਜਾਣਗੇ ਕਿਤੇ ਕਾਕੀ ਕਾਕਾ ਮੰਗਲੀਕ ਤਾਂ ਨਹੀਂ ਅਤੇ ਜਿਹੜੇ ਤੁਹਾਡੇ ਪੱਤਰੀਆਂ ਖੋਲ੍ਹਦੇ ਫਿਰਦੇ ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਡਾਣ ਮਨ ਅੰਧਾ ਉਹਨਾਂ ਦੇ ਤੇ ਆਪਣੇ ਕੰਮ ਵਿਗੜਿਆ ਹੋਇਆ ਇਹ ਤਾਂ ਠੀਕ ਕਿਸੇ ਹੋਰ ਚੀਜ਼ ਨੇ ਕਰਨਾ ਸੀ ਫਿਰ ਅੰਤ ਵੇਲੇ ਜਿਉਂਦੇ ਜੀ ਨਰਕ ਭੋਗਣਾ ਅਤੇ ਮਰਨ ਤੋਂ ਬਾਅਦ ਸਵਰਗਵਾਸੀ ਬਣਨ ਦੀ ਕੋਸ਼ਿਸ਼ ਕਰਨੀ ਇੱਦਾਂ ਨਹੀਂ ਹੁੰਦਾ ਇਸ ਠੀਕ ਨਹੀਂ ਇੰਨਾ ਜ਼ਰੂਰ ਸਮਝ ਆ ਗਈ ਮੈਂ ਜਿਉਂਦੇ ਜੀ ਸਵਰਗਵਾਸੀ ਹੋਣਾ ਜਿਉਂਦੇ ਜੀ ਸੱਚਖੰਡ ਵਾਸੀ ਹੋਣਾ ਨਾ ਜਨਮ ਤੋਂ ਪਹਿਲਾਂ ਪਤਾ ਸੀ ਨਾ ਮਰਨ ਤੋਂ ਬਾਅਦ ਪਤਾ ਹੋਣਾ ਇਸ ਜਨਮ 'ਚ ਮੈਨੂੰ ਦੁੱਖ ਵੀ ਮਹਿਸੂਸ ਹੋਇਆ ਮੈਨੂੰ ਸੁੱਖ ਵੀ ਮਹਿਸੂਸ ਹੋਇਆ ਮੈਨੂੰ ਝੂਠ ਸੱਚ ਦਾ ਗਿਆਨ ਵੀ ਹੋਇਆ ਮੈਨੂੰ ਆਪਣੇ ਪਰਾਏ ਦੀ ਪਛਾਣ ਹੋਈ ਮੈਨੂੰ ਮਾੜੇ ਚੰਗੇ ਦਾ ਪਤਾ ਚੱਲ ਗਿਆ
ਮੈਨੂੰ ਲੋਕ ਪਰਲੋਕ ਦੁਨੀਆਦਾਰੀ ਦਾ ਗਿਆਨ ਇਸ ਜਨਮ 'ਚ ਹੋਇਆ, ਇਸ ਲਈ ਇਸੇ ਜਨਮ 'ਚ ਸਫਲ ਹੋਣ ਦੀ ਗੱਲ ਕਰਨੀ। ਜਨਮ 'ਤੇ ਵੀ ਵਾਹਿਗੁਰੂ ਹੈ, ਆਨੰਦ 'ਤੇ ਵੀ ਵਾਹਿਗੁਰੂ ਹੈ, ਅਤੇ ਫਿਰ ਅੰਤ 'ਤੇ ਵੀ ਤਾਂ ਵਾਹਿਗੁਰੂ ਹੋਣਾ ਚਾਹੀਦਾ ਹੈ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਉੱਥੇ ਵੀ ਦੂਸਰੀ ਗੱਲ ਨਾ ਹੋਵੇ। ਪਰ ਕਿਤੇ ਨਾ ਕਿਤੇ ਅੱਜ ਜੇ 98% ਮੈਂ ਲੋਕਾਂ ਵੱਲ ਵੇਖਾਂ ਤਾਂ ਹਾਲਾਤ ਇਵੇਂ ਦੇ ਹੁੰਦੇ ਨੇ, ਕੋਈ ਫੁੱਲ ਲੈ ਕੇ ਕੀਰਤਪੁਰ 'ਤੇ ਕੋਈ ਹਰਿਦੁਆਰ ਪਹੁੰਚ ਜਾਂਦਾ ਹੈ, ਮਰਨ ਤੋਂ ਬਾਅਦ ਹੀ ਮੂੰਹ ਨੂੰ ਘਿਓ ਲਾਉਂਦਾ ਹੈ, ਮਰਨ ਤੋਂ ਬਾਅਦ ਹੀ ਸੁਰਗਵਾਸੀ ਆਖਦਾ ਹੈ, ਪਹਿਲਾਂ ਨਹੀਂ। ਔਰ ਇੱਥੋਂ ਤੱਕ ਡਰਦੇ ਮਾਰੇ ਖੰਡ ਪਾਠ ਵੀ ਕਰਾਉਣਗੇ, ਜੇ ਮੈਂ ਕਹਿ ਲਵਾਂ ਗੁਰੂ ਦੇ ਹੁਕਮ ਕਰਕੇ ਕਰਾਉਂਦੇ ਹੋਣਗੇ, ਨਹੀਂ ਹੈ, ਹੁਕਮ ਸੀ ਪਰ ਹੁਕਮ 'ਚ ਨਹੀਂ ਅਸੀਂ ਕਰਾ ਲੈ, ਅਸੀਂ ਕਰਮ ਕਾਂਡ ਕਰਕੇ ਕਰ ਰਹੇ, ਅਸੀਂ ਧਾਰਮਿਕ ਰਸਮ ਬਣਾ ਲਿਆ, ਇਹ ਹਕੀਕਤ ਸੀ। ਹਕੀਕਤ ਵਿੱਚ ਹੁਕਮ ਸੀ ਤੁਸੀਂ ਕੀਰਤਨ ਕਰਨਾ ਹੈ, ਤੁਸੀਂ ਪਾਠ ਕਰਨਾ ਹੈ, ਤੁਸੀਂ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਹੁਕਮ ਵਿੱਚ ਪਾਠ ਕਰਨਾ ਹੈ, ਹੁਕਮ ਵਿੱਚ ਅੰਮ੍ਰਿਤ ਛਕਣਾ ਹੈ, ਹੁਕਮ ਵਿੱਚ 5 ਕਕਾਰ ਧਾਰਨ ਕਰਨੇ ਨੇ, ਹੁਕਮ ਵਿੱਚ ਹੀ ਰਹਿਤ ਮਰਿਆਦਾ 'ਚ ਰਹਿ ਕੇ ਨਿਭਣਾ ਹੈ। ਅਸੀਂ ਹੁਕਮ ਤੋਂ ਬਾਹਰ ਜਾ ਕੇ ਮਨ ਮਰਜ਼ੀ ਕਰਦੇ, ਅਤੇ ਇੱਥੇ ਵੀ ਹੁਕਮ 'ਚ ਘੱਟ ਨੇ ਬਹੁ ਗਿਣਤੀ ਡਰਦੇ ਆ, ਉਹਦਾ ਸੂਟ ਲੀੜਾ ਕੱਪੜਾ ਦਾਨ ਕਰਨਗੇ, ਰਜਿਸਟਰੀ ਬਾਪੂ ਦੀ ਮੇਰੇ ਨਾ ਹੋ ਅਤੇ ਬਿਸਤਰਾ ਭਾਂਡਾ ਭਾਈ ਜੀ ਦੇ ਨਾ ਹੋ। ਉਤਰਾ ਗਿਆਨੀ ਜੀ 2000 'ਤੇ ਰੱਖੇ ਹੁੰਦੇ ਮਹੀਨੇ ਦੀ ਤਨਖਾਹ, ਦਾਬੇ 20,000 ਮਾਰ ਦਿੰਦੇ ਆ, ਪਰ ਬੇਬੇ ਬਾਪੂ ਦਾ ਸੂਟ ਜ਼ਰੂਰ ਦਿੰਦੇ ਆ ਵੀ ਸਾਨੂੰ ਨਾ ਚੰਬੜਨ ਗਿਆਨੀ ਨੂੰ ਚੰਬੜਾ ਦਿਓ, ਆਪੇ ਭੁਗਤਦਾ ਫਿਰੇ, ਇਹਨੂੰ ਦੱਬੇ ਪੈਣ, ਇਹ ਸੋਚਦੇ ਆ। ਜੇ ਖਿਆਲ ਨਾ ਹੋਵੇ ਤਾਂ ਫਿਰ ਸੋਚਣਾ ਬਣਦਾ ਵੀ ਜੇ ਗਿਆਨੀ ਜੀ ਨੂੰ ਸੂਟ ਦਿੱਤਾ ਉੱਥੇ ਮਿਲਣਾ ਹੈ, ਰਜਿਸਟਰੀ ਵੀ ਫਿਰ ਗਿਆਨੀ ਜੀ ਦੇ ਨਾ ਕਰਾਓ, ਕਰਾਉਣੀ ਪੈਣੀ, ਉਹ ਵੀ ਤਾਂ ਮਿਲੂ ਉੱਥੇ। ਇਹਨਾਂ ਖਿਆਲਾਂ 'ਚੋਂ ਨਿਕਲਣਾ ਸੀ, ਪਿੱਤਰਾਂ ਦਾ ਉਧਾਰ, ਪੁਸ਼ਤਾਂ ਦਾ ਭਲਾ, ਕੁਲਾਂ ਨੂੰ ਤਾਰਨਾ ਚਾਹੁੰਦਾ ਹੈ, ਅਤੇ ਮਹਾਰਾਜ ਜੀ ਦਾ ਹੁਕਮ ਹੈ ਜਿਸ ਸਿਮਰਤ ਸਭ ਕਿਲ ਵਿਖਨਾਸੇ ਪਿੱਤਰੀ। ਉਹ ਕਿਵੇਂ ਹੋ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗਦੀਸ਼ ਹੁਕਮ ਨੂੰ ਮੰਨ ਕੇ, ਹੁਕਮ ਦੇ ਵਿੱਚ ਪਾਠ ਕਰਨਾ ਹੈ, ਕਰਮ ਕਾਂਡ 'ਚ ਨਹੀਂ, ਹੁਕਮ 'ਚ ਕੀਰਤਨ ਹੈ, ਕਿਸੇ ਧਾਰਮਿਕ ਰਸਮ ਕਰਕੇ ਨਹੀਂ, ਲਾ ਐਂਡ ਓਰਡਰ ਕਰਕੇ ਕੀਰਤਨ ਕਰ ਰਿਹਾ। ਮੈਂ ਪ੍ਰੇਮ ਸ਼ਰਧਾ ਵੱਸ ਨਹੀਂ ਕਰ ਰਿਹਾ, ਨੇਮ 'ਚ ਕਰ ਰਿਹਾ, ਕਿਉਂਕਿ ਸ਼ਰਧਾ ਵੀ ਟੁੱਟਦੀਆਂ ਵੇਨਾਂ, ਪ੍ਰੇਮ ਵੀ ਦੁਸ਼ਮਣ 'ਚ ਬਦਲਦੇ ਵੇਖਦਾ ਹੈ। ਇਸ ਲਈ ਇਹ ਉਹ ਪ੍ਰੇਮ ਹੈ ਜਿਹੜਾ ਸੁੱਖਾਂ ਅਤੇ ਦੁੱਖਾਂ ਤੋਂ ਉੱਪਰ ਉੱਠ ਕੇ ਚੱਲਦਾ ਹੈ, ਨੇਮ ਹੈ, ਗੁਰੂ ਅੱਗੇ ਤਰਲਾ ਹੈ। ਉਸ ਗੁਰੂ ਨੂੰ ਜਦੋਂ ਧੰਨ ਆਖੀਏ ਤਾਂ ਫਿਰ ਆਤਮਾ ਧੰਤਾ ਦੇ ਯੋਗ ਹੋ ਜਾਣੀ ਚਾਹੀਦੀ ਹੈ। ਮੈਂ ਆਪਣੇ ਗੁਰੂ ਦੇ ਹੁਕਮ 'ਚ ਸ਼ਬਦ ਗੁਰੂ ਨਾਲ ਜੁੜ ਗਿਆ, ਹੁਣ ਨਹੀਂ ਕੋਈ ਪਰਵਾਹ ਕਿਸੇ ਦੀ, ਕੀ ਹੋਊ ਉਹ ਜਾਣਦਾ ਹੈ, ਜੋ ਹੋਊ ਹੁਕਮ 'ਚ ਹੋਊ ਔਰ ਜੋ ਹੋਊ ਚੰਗਾ ਹੋਊ, ਫਿਰ ਇਹ ਮੰਨ ਲੈਣਾ ਚਾਹੀਦਾ ਹੈ। ਔਰ ਇਹ ਵੀ ਭਰੋਸਾ ਹੋਣਾ ਚਾਹੀਦਾ ਹੈ ਗੁਰ ਮੇਰੇ ਸੰਗ ਸਦਾ ਹੈ, ਉਹ ਪਰਮੇਸ਼ੁਰ ਸਹਾਈ ਹੋ। ਔਰ ਇਹ ਵੀ ਭਰੋਸਾ ਹੋਣਾ ਚਾਹੀਦਾ ਹੈ ਉਹਦਾ ਹੁਕਮ ਹੈ
ਮੈਂ ਸਾਬਤ ਸੂਰਤ ਵੀ ਰਹਿਣਾ, ਮੈਂ ਨਸ਼ਿਆਂ ਤੋਂ ਵੀ ਬਚਣਾ, ਮੈਂ ਧੀ ਭੈਣ ਪਤਨੀ ਮਾਂ ਦਾ ਅਦਬ ਵੀ ਕਰਨਾ ਹੈ, ਮੈਂ ਮੁਰਦਾਰ ਵੀ ਨਹੀਂ ਖਾਣਾ ਹੱਕ ਪਰਾਇਆ ਨਾਨਕ ਉਸ ਸੂਵਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਮ ਹੁਕਮ ਮੰਨਣਾ। ਧੰਨ ਆਖਿਆ ਸੀ ਧੰਤਾ ਦੇ ਯੋਗ ਹੋ ਗਏ, ਪਰਮੇਸ਼ੁਰ ਸਾਰਿਆਂ 'ਚ ਵੇਖਦਾ ਹੈ ਅਤੇ ਜਦੋਂ ਸਾਰਿਆਂ 'ਚ ਤੁਸੀਂ ਪਰਮੇਸ਼ੁਰ ਨੂੰ ਵੇਖਣ ਲੱਗ ਜਾਓਗੇ ਸਾਰੇ ਤੁਹਾਡੇ ਵਿੱਚੋਂ ਪਰਮੇਸ਼ੁਰ ਵੇਖਣ ਲੱਗ ਜਾਂਦੇ। ਜ਼ਿੰਦਗੀ 'ਚ ਬਦਲਾਓ, ਰਹਿਮਤ ਕਰੇ ਸਤਿਗੁਰੂ। ਧੰਨ ਧੰਨ ਰਾਮਦਾਸ ਗੁਰਜਨ ਸ਼੍ਰੇਆ, ਇਹ ਵੀ ਹੁਕਮ ਹੋਇਆ ਜਿਸ ਗੁਰੂ ਨੇ ਸਿਰਜਿਆ ਉਸੇ ਨੇ ਸ਼ਿੰਗਾਰਿਆ। ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ ਆਉਣ ਵਾਲੇ ਦਿਨਾਂ 'ਚ, ਅਤੇ ਕਈ ਵਾਰੀ ਅਸੀਂ ਦੇਖੋ ਸਤਿਗੁਰ ਜੀ ਜਦੋਂ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਚਨ ਨੇ, ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੋਈ ਯਤੀਮ ਆਖੀ ਜਾਂਦਾ ਅਤੇ ਕੋਈ ਗਰੀਬ ਆਖੀ ਜਾਂਦਾ, ਪਤਾ ਹੀ ਕੱਖ ਨਹੀਂ ਇਹਨਾਂ ਲੋਕਾਂ ਨੂੰ। ਗੁਰੂ ਪ੍ਰੈਕਟੀਕਲ ਕਰਨ ਆਉਂਦਾ, ਕਿਸੇ ਹੋਸਪਿਟਲ 'ਚ ਜਾਓ ਡਾਕਟਰ ਵੀ ਮਿਲੋ ਅਤੇ ਮਰੀਜ਼ ਵੀ ਮਿਲੋ, ਪਰ ਮਰੀਜ਼ ਉਸੇ ਸਰੀਰ 'ਚ ਹੈ, ਡਾਕਟਰ ਵੀ ਉਸੇ ਸਰੀਰ 'ਚ ਹੈ। ਉਹ ਇਲਾਜ ਕਰਵਾਉਣ ਆਇਆ, ਉਹ ਕਰਨ ਆਇਆ। ਕਿਸੇ ਥਾਣੇ 'ਚ ਚੱਲ ਜਾਓ, ਮੁਲਜ਼ਮ ਵੀ ਮਿਲੋ ਅਤੇ ਪੁਲਿਸ ਵੀ ਮਿਲੋ, ਸਰੀਰ ਇੱਕ ਜੈਸੇ ਨੇ, ਪੰਜ ਭੂਤ ਕਿਰਿਆਵਾਂ ਬਦਲ ਗਈਆਂ। ਕਿਸੇ ਸਕੂਲ 'ਚ ਚਲੇ ਜਾਓ, ਵਿਦਿਆਰਥੀ ਕੋਲ ਵੀ ਉਹੀ ਸਰੀਰ ਹੈ, ਟੀਚਰ ਕੋਲ ਵੀ ਉਹੀ ਹੈ, ਕਿਰਿਆਵਾਂ ਬਦਲ ਗਈਆਂ, ਅਧਿਆਪਕ ਹੈ ਉਹ ਵਿਦਿਆਰਥੀ ਹੈ। ਇਸੇ ਤਰ੍ਹਾਂ ਗੁਰੂ ਪਰਮੇਸ਼ਰ ਹੈ, ਸਰੀਰ ਕਰਕੇ ਮਹਾਰਾਜ ਜੀ ਅਸੀਂ ਵੇਖਦੇ ਹਾਂ ਕਿ ਸ਼ਾਇਦ ਮਨੁੱਖੀ ਜਾਮਾ ਹੈ, ਪਰ ਯਾਤਰਾ ਨਿਵੇਕਲੀ ਹੈ। ਸਤਿਗੁਰੂ ਪ੍ਰੈਕਟੀਕਲੀ ਸਾਨੂੰ ਸਮਝਾਉਣ ਆਏ ਨੇ, ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਆਖਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਭੱਟ ਜੀ ਆਖਦੇ ਨੇ, ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ। ਅਤੇ ਫਿਰ ਬਾਬਾ ਸਤ ਅਤੇ ਬਲਵੰਡ ਆਖਦੇ ਨੇ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਰ ਧਾਰਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਤੁਹਾਡੇ ਸਰੀਰ ਨੂੰ ਪਰਮੇਸ਼ਰ ਨੇ ਆਪ ਧਾਰਨ ਕੀਤਾ ਹੈ, ਸਵਾਰਿਆ, ਸਿਰਜਿਆ। ਤੁਸੀਂ ਅਟਲ ਹੋ, ਅਤੋਲ ਹੋ, ਪਰਮੇਸ਼ਰ ਸਵਰੂਪ ਹੋ, ਤੁਸੀਂ ਨਾਨਕ ਹੋ, ਤੁਸੀਂ ਬਾਬਾ ਲਹਿਣਾ, ਗੁਰੂ ਅਮਰਦਾਸ, ਤੁਸੀਂ ਗੁਰੂ ਰਾਮਦਾਸ ਹੋ। ਉਸ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਨੂੰ ਇਹ ਦਾਤ ਦਿੱਤੀ, ਪਰਮੇਸ਼ਰ 'ਤੇ ਭਰੋਸਾ ਰੱਖੋਗੇ ਤੁਹਾਨੂੰ ਕੋਈ ਯਤੀਮ ਨਹੀਂ ਕਰ ਸਕੇਗਾ, ਪਰਮੇਸ਼ਰ 'ਤੇ ਭਰੋਸਾ ਰੱਖੋਗੇ ਤੁਹਾਨੂੰ ਕੋਈ ਗਰੀਬ ਨਹੀਂ ਕਰ ਸਕੇਗਾ, ਪਰਮੇਸ਼ਰ 'ਤੇ ਭਰੋਸਾ ਰੱਖੋਗੇ ਅੰਦਰ ਇੰਨਾ ਕੁ ਤਕੜਾ ਹੋ ਜਾਣਾ ਹੈ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ। ਪਰਮੇਸ਼ਰ 'ਤੇ ਭਰੋਸਾ ਰੱਖੋਗੇ ਅੰਦਰ ਇੰਨੀ ਨਿਮਰਤਾ ਆ ਜਾਏਗੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ, ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਪਰਮੇਸ਼ਰ 'ਤੇ ਭਰੋਸਾ ਰੱਖੋਗੇ
ਤੇ ਗੁਰੂ ਰਾਮਦਾਸ ਜੀ ਦੀ ਤਰ੍ਹਾਂ ਜ਼ਬਾਨ ਤੇ ਮਿਠਾਸ ਹੋਏਗੀ, ਮਨ 'ਚ ਨਿਮਰਤਾ ਹੋਏਗੀ, ਕੰਨ ਕੌੜੇ ਬੋਲਾਂ ਨੂੰ ਜਰ ਜਾਂਦੇ ਨੇ। ਮਨ ਨੀਵਾਂ ਹੈ, ਸੰਤੋਖੀ ਤੇ ਦਾਨੀ ਸੁਭਾਅ ਹੈ, ਇਹ ਸਰਕਾਰੀ ਦਰਬਾਰੇ ਜਾ ਕੇ ਵੀ ਮੰਦਰਾਂ ਦੇ ਟੈਕਸ ਮਾਫ ਕਰਵਾ ਦਿੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਹਿੰਦੂਆਂ ਦੇ ਟੈਕਸ ਮਾਫ ਕਰਵਾਏ ਸੀ ਅਕਬਰ ਦੇ ਕੋਲੋਂ। ਇਹਨਾਂ ਨੇ ਸਵਾਵਾਂ ਕੀਤੀਆਂ, ਗੁਰੂ ਬਾਜ਼ਾਰ ਖੜ੍ਹੇ ਕਰ ਦਿੱਤੇ, ਵਪਾਰ ਵੱਡੇ ਬਣਾਏ, ਵੱਡੇ ਵਪਾਰੀ ਪੈਦਾ ਕੀਤੇ ਸਤਿਗੁਰਾਂ ਨੇ, ਮਹਾਨ ਸਿੱਖ ਪੈਦਾ ਕੀਤੇ ਸਤਿਗੁਰਾਂ ਨੇ, ਮਹਾਨ ਵਿਰਾਸਤਾਂ ਦਿੱਤੀਆਂ ਸਤਿਗੁਰਾਂ ਨੇ। ਗੁਰੂ ਬਖਸ਼ਿਸ਼ ਰਹਿਮਤ ਕਰਨ, ਫਿਰ ਜੇ ਕਿਤੇ ਗ੍ਰਿਸਤੀ ਜ਼ਿੰਦਗੀ ਵੱਲ ਝਾਤੀ ਮਾਰੋ, ਇੱਕ ਜਵਾਈ ਨੇ ਪੁੱਤਰ ਕਿਵੇਂ ਹੋਣਾ, ਇੱਕ ਨੌਂ ਨੇ ਧੀ ਕਿਵੇਂ ਹੋਣਾ ਹੈ, ਇੱਕ ਸੱਸ ਨੇ ਮਾਂ ਕਿਵੇਂ ਹੋਣਾ ਹੈ, ਇੱਕ ਕੁੜਮ ਨੇ ਸੇਵਕ ਅਤੇ ਸ਼ਰੀਕ ਨੇ ਭਰਾ ਕਿਵੇਂ ਹੋਣਾ ਹੈ, ਗੁਰੂ ਰਾਮਦਾਸ ਸਿਖਾ ਰਹੇ। ਸਿੱਖੀਏ ਤਾਂ ਸਹੀ, ਪਰ ਸਿੱਖੂ ਉਹ ਜਿਹਦੇ ਮਨ 'ਚ ਹੰਕਾਰ ਨਹੀਂ ਹੋਊਗਾ। ਜਦੋਂ ਹੰਕਾਰ ਹੀ ਇੰਨਾ ਭਰਿਆ ਹੈ, ਉਹ ਕਿਸੇ ਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ, ਉਹ ਤੇ ਮਰਯਾਦਾ ਮੰਨਣ ਨੂੰ ਰਾਜ਼ੀ ਨਹੀਂ। ਉਹ ਕਹਿੰਦੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਇੰਨੇ ਬੇਈਮਾਨ ਹੋ ਗਏ ਨੇ, ਚੈਲੰਜ ਕਰ ਰਹੇ। ਫਿਰ ਬਾਣੀ ਦੀਆਂ ਤੁਕਾਂ ਮਨ ਮਰਜ਼ੀ ਨਾਲ ਅਰਥ ਕਰੀ ਤੁਰੇ ਆਉਂਦੇ, ਆਪਣੀ ਮਰਜ਼ੀ ਨਾਲ। ਇੱਥੋਂ ਤੱਕ ਗੁਰੂ ਘਰ ਦੇ ਵਿੱਚ ਮਾਣ ਮਰਯਾਦਾ ਤੋਂ ਮੁਨਕਰ ਹੋ ਜਾਂਦੇ ਨੇ। ਚੋਰ ਸਾਹਿਬ ਹਰ ਕੋਈ ਫੜਨ ਨੂੰ ਫਿਰਦਾ, ਪਰ ਡਰੈਸ ਕੋਡ ਕੋਈ ਧਾਰ ਕਰਨ ਨੂੰ ਰਾਜ਼ੀ ਨਹੀਂ। ਵਜ੍ਹਾ, ਤੇਰੀ ਸੱਚਾਈ ਅੰਦਰ ਦੀ ਇਮਾਨਦਾਰੀ ਕਿੱਥੇ ਖੜੀ? ਮੈਕ ਫੜਨ ਨੂੰ ਹਰ ਕੋਈ ਤਿਆਰ ਹੈ, ਡਰੈਸ ਕੋਡ ਲਈ ਕੋਈ ਰਾਜ਼ੀ ਨਹੀਂ। ਇੱਥੇ ਵੀ ਤੇ ਕੋਈ ਮਾਣ ਮਰਯਾਦਾ ਹੈ? ਉਤਰਾ ਇਹਨੂੰ ਬੋ ਆਉਂਦੀ ਹੈ ਜਰਾਬਾਂ 'ਚੋਂ, ਪਰ ਗੁਰਦੁਆਰੇ ਪਾ ਕੇ ਬਹਿੰਦਾ, ਨਹੀਂ ਮੰਨਣੀ ਗੱਲ। ਕੁਰਸੀ ਦੇ ਦਿਓ, ਗੋਡੇ ਨਾ ਦਿਓ, ਇਹ ਗੱਲਾਂ ਸਾਡੇ 'ਚ ਫਸੀਆਂ ਨੇ ਵੀ ਵਾਹਿਗੁਰੂ ਤੰਦਰੁਸਤੀ ਦਿੰਦੇ ਸਾਨੂੰ, ਅਸੀਂ ਕੁਰਸੀ ਨਹੀਂ ਲੈਣੀ, ਤੇਰੇ ਦਾ ਸਾਹਮਣੇ ਬਹਿਣਾ, ਸਾਨੂੰ ਤਾਕਤ ਬਖਸ਼, ਅਸੀਂ ਪਿੰਗਲੇ ਵੀ ਪਰਬਤ ਪਾਰ ਕਰਨ ਜਾਗੀ ਬਣ ਜਾਈਏ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਤਰਲਾ ਤੇ ਲਈਏ ਸਤਿਗੁਰ ਅੱਗੇ, ਨਿਮਰਤਾ ਦੇ ਘਰ 'ਚ ਤਾਂ ਆਈਏ, ਡਿੱਗੀਏ ਤਾਂ ਸਹੀ ਚਰਨਾਂ 'ਚ। ਆਕੜ ਕੇ ਮੰਗਣ ਦੀ ਗੱਲ ਇੱਥੇ ਪ੍ਰਵਾਨ ਨਹੀਂ ਹੋਇਆ ਕਰਨ। ਸੋ ਗੁਰੂ ਕਿਰਪਾ ਕਰਨ, ਸਤਿਗੁਰ ਸਾਨੂੰ ਸਮਝ ਬਖਸ਼ਣ, ਅਤੇ ਖਾਸ ਕਰਕੇ ਨੌਜਵਾਨੀ ਅੱਜ ਜਿੱਥੇ ਗੁਰੂ ਨੂੰ ਧੰਨ ਰੱਖਣਾ। ਬਾਬਾ ਬੁੱਢਾ ਸਾਹਿਬ ਜੀ ਦਾ ਵੀ ਜਨਮ ਦਿਹਾੜਾ, 5-6-7 ਅਕਤੂਬਰ ਨੂੰ ਉਹ ਵੀ ਮਨਾਇਆ ਜਾ ਰਿਹਾ, ਅਤੇ ਬਾਬਾ ਬੁੱਢਾ ਸਾਹਿਬ ਚੌਰ ਸਾਹਿਬ ਫੜਨ ਵਾਸਤੇ ਬਾਬਾ ਬੁੱਢਾ ਸਾਹਿਬ ਬਣਨਾ ਪੈਂਦਾ ਹੈ ਗੁਰੂ ਕੇ ਵਜ਼ੀਰ। ਪਰ ਖਿਮਾ ਕਰਿਓ, ਅੱਜ ਗੁਰੂ ਕੇ ਵਜ਼ੀਰਾਂ ਨੂੰ ਇੱਕ ਮਾਲੀ ਤੋਂ ਵੀ ਅਸੀਂ ਥੱਲੇ ਲੈ ਜਾਂਦਾ ਹੈ। ਉਹ ਗਿਆਨੀ, ਉਹ ਭਾਈ ਜਿੱਦਾਂ ਕੋਈ ਕਾਮਾ ਰੱਖਿਆ ਸੀਰੀ ਹੁੰਦਾ ਹੈ, ਨਹੀਂ ਭਾਈ ਇਹ ਗੁਰੂ ਕੇ ਵਜ਼ੀਰ ਨੇ। ਇੱਥੇ ਤਾਂ ਗੁਰੂ ਹਰਗੋਬਿੰਦ ਸਾਹਿਬ ਵੀ ਪਾਲਕੀ ਨੂੰ ਮੋਢਾ ਲਾਉਂਦੇ ਹੈ, ਇੱਥੇ ਤਾਂ ਗੁਰੂ ਅਰਜਨ ਸਾਹਿਬ ਵੀ ਬੁੱਢਾ ਸਾਹਿਬ ਆਖਦੇ ਹੈ, ਇੱਥੇ ਤਾਂ ਨਾਨਕ ਵੀ ਪਹਿਲੀ ਮਿਲਣੀ 'ਚ ਛਾਤੀ ਨਾਲ ਲਾਉਂਦਾ ਹੈ, ਇੱਥੇ ਤਾਂ ਗੁਰੂ ਹਰਗੋਬਿੰਦ ਸਾਹਿਬ ਵੀ ਮਗਰਲੀ ਮਿਲਣੀ 'ਚ ਸਿਰ ਗੋਦੀ 'ਚ ਰੱਖਦੇ ਹੈ, ਪਾਲਕੀ ਨੂੰ ਮੋਢਾ ਲਾਉਂਦੇ ਨੇ, ਅਰਥੀ ਨੂੰ ਵੀ ਮੋਢਾ ਲਾ ਕੇ ਲੈ ਕੇ ਜਾਂਦੇ ਆ। ਇੰਨਾ ਮਾਣ ਦਿੱਤਾ ਗੁਰੂ ਕੇ ਵਜ਼ੀਰ ਨੂੰ, ਅਸੀਂ ਕੀ ਮਾਣ ਦੇ ਰਹੇ, ਕਿੱਥੇ ਲਿਆ ਕੇ ਖੜ੍ਹੇ ਕਰ ਦਿੱਤੇ, ਔਰ ਦਿਨੇ ਰਾਤ ਸਾਡੀਆਂ ਅਰਦਾਸਾਂ ਕਰਦੇ ਆ। ਅਸੀਂ ਵੇਖਦੇ ਹਾਂ, ਆ ਪਿਛਲੇ ਦਿਨੀ ਮੈਂ ਪੜ੍ਹ ਰਿਹਾ ਸਾਂ, ਉਹ ਵਿਚਾਰਾ ਪਾਠ ਕਰਦਾ,
ਘਰ 'ਚ ਗਰੀਬੀ, ਮੀਂਹ ਪਏ, ਛੱਤ ਡਿੱਗੀ, 16 ਸਾਲ ਦਾ ਬੱਚਾ ਥੱਲੇ ਆ ਕੇ ਮਰ ਗਿਆ। ਅਤੇ ਜਦੋਂ ਮਰ ਗਿਆ ਉਦੋਂ ਕਮੇਟੀ ਵਾਲੇ 3 ਲੱਖ ਦੇਣ ਚਲੇ ਗਏ ਭੋਗ ਵਾਸਤੇ। ਕੀ ਫਾਇਦਾ ਤੁਹਾਡੇ, 50,000 ਦੀ ਛੱਤ ਨਹੀਂ ਪਾਈ, ਮਰੇ 'ਤੇ 3 ਲੱਖ ਦੇਣ ਗਏ, ਲੱਖ ਲਾਹਣਤ ਹੈ ਇਹੋ ਜਿਹੀ ਸੇਵਾ ਦੀ। ਮੈਨੂੰ ਖਿਮਾ ਕਰਿਓ, ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨੌਜਵਾਨ ਬੱਚਾ ਇੱਕ ਨੌਕਰੀ ਮੰਗਦਾ ਗੱਡੀ ਥੱਲੇ ਆ ਕੇ ਮਰ ਗਿਆ, ਨਹੀਂ ਦਿੱਤੀ। ਜਦੋਂ ਚੜ੍ਹਾਈ ਕਰ ਗਿਆ ਉਹਦੇ ਘਰ ਜਾ ਕੇ ਕਹਿੰਦੇ ਹੁਣ ਇਹਦੀ ਮਾਂ ਨੂੰ ਨੌਕਰੀ ਦੇ ਦਿੰਦੇ, ਲਾਹਣਤ ਹੈ ਤੁਹਾਡੇ, ਜਿਉਂਦੇ ਜੀ ਕਿੱਥੇ ਚਲੇ ਜਾਣੇ, ਇਹ ਕਿਹੜੀ ਸੇਵਾ ਹੁੰਦੀ। ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਗਵਾਲੀਅਰ ਦੇ ਕਿਲਿਆਂ ਤੱਕ ਮੈਦਾਨ ਫਤਿਹ ਕੀਤੇ ਆ, ਕਮਾਲ ਹੈ। ਇਕੱਲੇ ਬਾਬੇ ਹੀ ਨਹੀਂ, ਸਿਪਾਹੀ ਵੀ ਬਣੇ, ਸ਼ਸਤਰ ਵਿਦਿਆ ਵੀ ਸਿਖਾਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਬੋਲੀਆਂ ਸਿਖਾਈਆਂ ਕਈ ਤਰ੍ਹਾਂ ਦੀਆਂ ਬਾਬਾ ਬੁੱਢਾ ਸਾਹਿਬ ਨੇ। ਮਾਤਾ ਗੰਗਾ ਜੀ ਦੇ ਨਾਲ ਮੋਢਾ ਲਾ ਲਿਆ, ਬੇਬੇ ਨਾਲ ਖੜੇ ਆ, ਫਿਕਰ ਨਾ ਕਰਿਓ, ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਛੋਟੀ ਹੈ, ਪਰ ਫਿਕਰ ਨਹੀਂ ਕਰਨਾ, ਬਾਬਾ ਬੁੱਢਾ ਸਾਹਿਬ ਵਰਗੇ ਜਿੱਥੇ ਸਿੱਖ ਹੋਣ ਉੱਥੇ ਪ੍ਰਿਥੀ ਚੰਦਾਂ ਨੂੰ ਵੀ ਮਾਤ ਪਾਈ ਜਾਂਦੀ, ਕਮਾਲ ਹੈ। ਉਹ ਬਾਬਾ ਇੱਥੇ 58 ਸਾਲ ਦੇ ਰਿਟਾਇਰ ਹੋ ਜਾਂਦੇ, 50 ਸਾਲ ਦੇ ਬੁੱਢੇ ਹੋ ਰਹੇ ਨੇ। 98 ਸਾਲ ਦਾ ਸੀ ਬਾਬਾ ਜਿੱਦਣ ਹੈੱਡ ਗ੍ਰੰਥੀ ਬਣੇ, ਭਰਤੀ ਹੋਇਆ। 125 ਸਾਲ ਦੀ ਉਮਰ ਤੱਕ 13 ਸਾਲ ਤੋਂ ਸ਼ੁਰੂ ਹੋ ਕੇ ਇੰਨੀ ਲੰਮੀ ਸੇਵਾ ਕੀਤੀ। ਬੁੱਢਿਆ ਤੇਰੇ ਤੋਂ ਕਦੇ ਓਹਲੇ ਨਾ ਹੋ ਸਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਔਰ ਵਾਕਈ ਓਹਲੇ ਨਹੀਂ ਹੋਏ। ਅਤੇ ਅੱਜ ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਣਾ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਸਵਾਲ ਕੀਤਾ, ਸਤਿਗੁਰੂ ਅੱਜ ਤੁਸੀਂ ਸਰੀਰ ਵਿੱਚ ਹੋ, ਬਾਬਾ ਜੀ ਵੀ ਸਰੀਰ ਵਿੱਚ ਨੇ, ਅਤੇ ਤੁਸੀਂ ਗੋਦ ਦਿੱਤੀ, ਛਾਤੀ ਦਿੱਤੀ, ਅਤੇ ਜਦੋਂ ਸਰੀਰ ਕਰਕੇ ਤੁਸੀਂ ਨਾ ਹੋਏ ਉਦੋਂ ਸਿੱਖ ਕੀ ਕਰਿਆ ਕਰਨਗੇ। ਮਹਾਰਾਜ ਜੀ ਕਹਿੰਦੇ ਸਿੱਖੋ, ਜੰਮ ਦੇ ਬੱਚੇ ਨੂੰ ਗੁੜਤੀ ਬਾਣੀ ਦੀ ਦਿਓ, ਸੁਰਤ ਸੰਭਾਲਣ 'ਤੇ ਉਹਨੂੰ ਜਪਜੀ ਸਾਹਿਬ ਕੰਠ ਕਰਾਇਓ। ਜੰਮ ਦੇ ਬੱਚੇ ਨੂੰ ਮਾਂ ਅਤੇ ਪਿਓ ਜਪਜੀ ਸਾਹਿਬ ਕੰਠ ਕਰਾਉਣਗੇ, ਅਤੇ ਜਿੱਦਣ 125 ਸਾਲ ਦਾ ਬਾਪੂ ਦੁਨੀਆਂ ਤੋਂ ਜਾਣ ਲੱਗੂ, ਉਦਣ ਫਿਰ ਬੱਚਾ ਬਾਪੂ ਦਾ ਸਿਰ ਗੋਦੀ 'ਚ ਰੱਖ ਕੇ ਜਪਜੀ ਸਾਹਿਬ ਬਾਪੂ ਨੂੰ ਸੁਣਾਓ। ਉਹ ਮੇਰੀ ਹੀ ਗੋਦ ਵਿੱਚ ਹੋਣਗੇ, ਉਹ ਮੇਰੀ ਹੀ ਛਾਤੀ ਨਾਲ ਲੱਗੇ ਹੋਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਹ ਬਖਸ਼ਿਸ਼ਾਂ ਜਪਜੀ ਸਾਹਿਬ ਦੇ ਵਿੱਚ ਨੇ, ਪਰ ਸਾਨੂੰ ਤਾਂ ਜਪਜੀ ਸਾਹਿਬ ਵੀ ਜ਼ਬਾਨੀ ਕਿਸੇ ਨੂੰ ਕੰਠ ਨਹੀਂ ਹੁੰਦਾ, ਸ਼ੁੱਧ ਨਹੀਂ ਪੜ੍ਹਨਾ ਆਉਂਦਾ, ਗੁਰਮੁਖੀ ਪੜ੍ਹਨ ਨੂੰ ਰਾਜੀ ਨਹੀਂ। ਅੰਗਰੇਜ਼ੀ 'ਚ ਗੁਰੂ ਗ੍ਰੰਥ ਸਾਹਿਬ ਲੱਭਦੇ, ਕਮਾਲ ਹੋਈ ਹੈ, ਹਿੰਦੀ 'ਚ ਲੱਭਦੇ, ਇਹ ਨਹੀਂ ਹੋ ਸਕਦਾ। ਇਸ ਲਈ ਬੇਨਤੀ ਕਰਦਾ ਹੈ, ਆਓ ਬਾਬਾ ਬੁੱਢਾ ਸਾਹਿਬ ਨੂੰ ਅੱਜ ਯਾਦ ਕਰਿਓ, ਅਤੇ ਜਿਨ੍ਹਾਂ ਨੇ ਬੜੀਆਂ ਸੇਵਾਵਾਂ ਘਾਲਣਾ ਘਾਲੀਆਂ, ਉਸ ਬਾਬੇ ਵਰਗਾ ਵੀ ਬ੍ਰਹਮ ਗਿਆਨੀ ਬਾਬਾ ਕੋਈ ਨਹੀਂ। ਗੁਰੂ ਕਿਰਪਾ ਰਹਿਮਤ ਕਰਨ, ਗੁਰੂ ਗ੍ਰੰਥ ਸਾਹਿਬ ਵਾਸਤੇ ਪ੍ਰਿਥੀ ਚੰਦਾਂ ਦੀਆਂ ਮੁਸ਼ਕਾਂ ਬੰਨ ਦਿੱਤੀਆਂ। ਅੱਜ ਬਾਬੇ ਦੀ ਗੱਲ ਸੁਣਦਿਆਂ ਇਹ ਵੀ ਬੇਨਤੀ ਕਰਾਂਗਾ, 328 ਸਰੂਪ ਚੋਰੀ ਹੋ ਗਏ, 992,886 ਅੰਗ ਚੋਰੀ ਛਪ ਗਏ, 204,536 ਅੰਗ ਲਾਪਤਾ ਹੋ ਗਏ, 982,700 ਰੁਪਈਆ
ਸਤਿਗੁਰਾਂ ਦੇ ਨਾਂ ਦੀ ਭੇਟਾ ਚੋਰੀ ਹੋ ਗਈ, ਸੈਂਕੜੇ ਸਰੋ ਪੱਗ ਦੀ ਭੇਟ ਚੜ ਗਏ, 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਗਏ, 125 ਪਾਵਨ ਸਰੂਪਾਂ ਦੀ ਵਿਦਵੀ ਹੋਈ, 61 ਸਰੂਪ ਚੋਰੀ ਤਿਆਰ ਕਰਵਾ ਲਏ ਗਏ। ਈਸ਼ਰ ਸਿੰਘ ਐਡਵੋਕੇਟ ਅਨੁਸਾਰ ਇਹ ਸੰਗੀਨ ਕ੍ਰਿਮੀਨਲ ਕੇਸ ਬਣਦਾ ਹੈ ਦੋਸ਼ੀਆਂ 'ਤੇ, ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਹੋਇਆ। ਪਰ ਖਿਮਾ ਕਰਿਓ, ਅਜੇ ਤੱਕ ਬਾਬਾ ਬੁੱਢਾ ਨਹੀਂ ਕੋਈ ਦਿਸਿਆ ਜਿਹਨੇ ਆਵਾਜ਼ ਦਿੱਤੀ ਹੋਵੇ। 4 ਸਾਲ ਹੋ ਗਏ ਤੰਬੂ ਲਾ ਕੇ ਬੈਠਿਆਂ ਇਨਸਾਫ ਵਾਸਤੇ। 1430 ਦਿਨ ਹੋ ਗਏ, 1 ਮਹੀਨਾ ਮੈਂ ਨਿਕਲ ਕੇ ਤੁਹਾਡੇ ਕੋਲ ਆਇਆ, ਉੱਥੇ ਤੰਬੂ ਲਾ ਕੇ ਬੈਠੇ ਹਾਂ। ਬੇਨਤੀ ਕਰਦਾ, ਅੱਜ ਕਿੱਥੇ ਨੇ ਉਹ ਬਾਬੇ ਬੁੱਢੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਸਤੇ ਸਿਰ ਤਲੀ 'ਤੇ ਰੱਖ ਕੇ ਨਿਕਲ ਤੁਰਦੇ ਆ। ਪ੍ਰਿਥੀ ਚੰਦ ਭਾਵੇਂ ਗੁਰੂ ਦਾ ਪੁੱਤਰੀ ਕਿਉਂ ਨਹੀਂ, ਬਾਬੇ ਨੇ ਲਿਆ ਜੀ ਨਹੀਂ ਕੀਤਾ, ਇਹਨੂੰ ਨਹੀਂ ਬਖਸ਼ਣਾ। ਸ੍ਰੀ ਚੰਦ ਪੁੱਤਰੀ ਕੌਣ ਨਾ ਪਾਲਿਓ, ਉੱਥੇ ਵੀ ਆਖਿਆ ਨਹੀਂ, ਬਾਬੇ ਲਹਿਣੇ ਦੇ ਨਾਲ ਖੜਾ ਗਾ। ਇਹ ਨਾਨਕ ਨੂੰ ਪਰਵਾਹ ਹੈ, ਸ੍ਰੀ ਚੰਦਾਂ ਦਾ ਸਾਥ ਛੱਡਤਾ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ, ਹੈ ਮਰਦ ਗੰਬੜੇ ਅੱਜ, ਅੱਜ ਉਹਨਾਂ ਬਾਬੇ ਬੁੱਢਿਆਂ ਦੀ ਵੀ ਲੋੜ ਹੈ। ਬੇਨਤੀ ਕਰਦਾ, ਵੱਡੇ ਵੱਡੇ ਮੈਂ ਜਥੇਦਾਰ ਵੇਹਣਾ, ਬਾਬੇ ਵੇਹਣਾ, ਪਰ ਗੁਰੂ ਗ੍ਰੰਥ ਸਾਹਿਬ ਵਾਸਤੇ ਉਹਨਾਂ ਕੋਲ ਆਵਾਜ਼ ਹੀ ਹੈ ਨਹੀਂ। ਮੈਨੂੰ ਦੁੱਖ ਹੁੰਦਾ ਹੈ ਵੀ ਯਾਰ ਇੰਨੇ ਕੀਰਤਨੀਏ, ਇੰਨੇ ਕਥਾ ਵਾਚਕ, ਇੰਨੇ ਗਿਆਨੀ, ਪਰ ਗੁਰੂ ਗ੍ਰੰਥ ਸਾਹਿਬ ਵਾਸਤੇ ਹਾਦਾ ਨਾ ਰਹੇ ਹੈ। ਮੈਨੂੰ ਰੋਸ ਹੈ ਇਸ ਗੱਲ ਦਾ, ਤੁਸੀਂ ਪੈਸੇ ਕਮਾਏ ਨੇ ਬਾਣੀ ਗਾ ਗਾ ਕੇ, ਡੇਰੇ ਬਣਾਏ ਨੇ ਤੁਸੀਂ ਪ੍ਰਕਾਸ਼ ਕਰ ਕਰਕੇ, ਗੁਰਦੁਆਰੇ ਬਣਾਏ ਨੇ ਤੁਸੀਂ, ਪਰ ਹਾਦਾ ਨਾ ਰਹੇ। ਫਿਰ 1000 ਸਰੂਪ ਮੇਡ ਨਿਚੈਨਾ ਬਣ ਗਿਆ, UPS ਰਾਹੀਂ ਸਿਗਟਾਂ ਪੀਣ ਵਾਲੇ ਗੋਰਿਆਂ ਨੇ ਗੁਰਦੁਆਰਿਆਂ 'ਚ ਵੰਡਿਆ। ਅਸੀਂ ਅਮਰੀਕਾ ਤੋਂ ਬੈਠਿਆਂ ਫੜ ਲਿਆ, ਪਰ ਅਮਰੀਕਾ 'ਚ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੇ ਉਹ ਦੋਸ਼ੀ ਦੀ ਗੱਲ ਕੀਤੀ ਅਤੇ ਗੁਰੂ ਦੇ ਅਦਬ ਦੀ ਗੱਲ ਕੀਤੀ ਹੋਵੇ। ਅਸੀਂ ਲਾ ਐਂਡ ਆਰਡਰ ਦੀ ਗੱਲ ਕਰਦੇ, ਨਹੀਂ ਕੀਤੀ। ਇਹ ਗੱਲ ਪੰਜਾਬ ਵਿੱਚ ਵਾਪਰ ਜੇ ਤਾਂ ਗੁਲਾਮੀ ਹੈ, ਇੱਥੇ ਵਾਪਰ ਜੇ ਤਾਂ ਕਾਨੂੰਨ ਹੈ, ਮਾੜੀ ਗੱਲ, ਇਹ ਠੀਕ ਨਹੀਂ। ਆਓ, ਸਤਿਗੁਰਾਂ ਅੱਗੇ ਅਰਦਾਸ ਵੀ ਕਰਦਾ ਅਤੇ ਤੁਹਾਨੂੰ ਬੇਨਤੀ ਕਰਦਾ, ਮੇਰਾ ਉੱਥੇ ਸਾਡਾ ਸਹਿਯੋਗ ਵੀ ਦਿਓ। ਪੈਸੇ ਨਹੀਂ, ਆਪਣੇ ਪਰਿਵਾਰਾਂ ਨੂੰ ਕਾਲ ਕਰੋ ਵੀ ਦਰਬਾਰ ਸਾਹਿਬ ਜਾਂਦੇ ਹੋ, 328 ਪਾਵਨ ਸਰੂਪਾਂ ਦਾ ਪਤਾ ਨਹੀਂ ਤਾਂ ਕਿਉਂ ਨਹੀਂ, ਉਹ ਬੈਠੇ ਨੇ ਉੱਥੇ ਕਿਉਂ ਨਹੀਂ ਗਏ। ਆਪਣੇ ਮੋਬਾਈਲ ਤੋਂ ਇੱਕ ਮੈਸੇਜ ਪਾ ਦਿਓ ਮੁੱਖ ਮੰਤਰੀ ਨੂੰ, ਕੀ ਜਾਣਦਾ ਹੈ, ਜਥੇਦਾਰਾਂ ਨੂੰ ਪਾਓ, ਪ੍ਰਧਾਨ ਮੰਤਰੀ ਨੂੰ ਪਾਓ, ਅਮੈਰੀਕਨ ਅੰਬੈਸਡਰ ਨੂੰ ਪਾਓ, ਜਿਹੜਾ ਇੰਡੀਆ ਦਾ ਇੱਥੇ ਬੈਠਾ ਹੋਇਆ, ਉੱਥੇ ਕੀ ਹੋ ਰਿਹਾ ਪੁੱਛੋ। ਤੁਹਾਡਾ ਲਾ ਐਂਡ ਆਰਡਰ ਜਾਗਤ ਜੋਤ ਐਕਟ ਪੜ੍ਹੋ, ਤੁਹਾਡੇ ਉੱਪਰ ਉੱਥੇ ਪੜ੍ਹ ਲਓ, ਮੋਬਾਈਲ ਦੇ ਵਿੱਚ ਹੈ, ਉਸ ਮੁਤਾਬਕ ਗੱਲ ਕਰ ਲਓ, ਰਾਈਟ ਬਣਦਾ, ਇਹ ਫਰਜ਼ ਬਣਦੇ ਸਨ। ਗੁਰੂ ਰਹਿਮਤ ਕਰਨ, ਅਸੀਂ ਕੋਈ ਗੋਲਕਾਂ ਦੇ ਪੁਜਾਰੀ ਨਹੀਂ ਹਾਂ, ਪ੍ਰਧਾਨਗੀਆਂ ਦੇ ਭੁੱਖੇ ਨਹੀਂ ਹਾਂ ਗੁਰਦੁਆਰਿਆਂ 'ਚ, ਇਹ ਤਾਂ ਸੇਵਾ ਦਾ ਮਿਸ਼ਨ ਹੈ, ਇਹ ਤਾਂ ਸਭੇ ਸਾਂਝੀ ਵਾਲਤਾ ਦਾ ਮਿਸ਼ਨ ਹੈ, ਇਹ ਸਰਬੱਤ ਦੇ ਭਲੇ ਦਾ ਮਿਸ਼ਨ ਹੈ, ਇਹ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਉਹ ਮਿਸ਼ਨ ਹੈ, ਇਹ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ, ਉਹ ਮਿਸ਼ਨ ਹੈ, ਅਸੀਂ ਕਿਹੜਾ ਬਣਾਈ ਬੈਠੇ ਹਾਂ। ਆਓ,
ਗੁਰੂ ਅੱਗੇ ਅਰਦਾਸ ਕਰੀਏ। ਇਹ ਵੀ ਬੇਨਤੀ ਕਰਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦਿਆਂ ਇਮਾਨ ਇਸਤਰੀ ਧੀਆਂ ਦਾ ਅਦਬ, ਭੈਣਾਂ ਦਾ ਖਿਆਲ, ਪਤਨੀ ਅਤੇ ਮਾਂ ਰੋਲਣ ਤੋਂ ਬਚ ਜਾਏ। ਫਿਰ ਪੁੱਤਰ ਨਿਸ਼ਾਨ ਧੀਆਂ ਵੀ ਚਾਹੀਦੀਆਂ ਅਤੇ ਪੁੱਤਰ ਵੀ ਚਾਹੀਦੇ ਨੇ। ਅਸੀਂ ਫਰਕ ਨਹੀਂ ਸਮਝਦੇ ਪਰ ਲੋੜ ਦੋਵਾਂ ਦੀ ਸਮਝਦੇ। ਭਰਾ ਮਗਰ ਭਰਾ ਜੰਮ ਲਿਓ, ਭੈਣ ਮਗਰ ਭਰਾ, ਭੈਣ ਤੁਹਾਡਾ ਇੱਕ ਇੱਕ ਨਿਆਣਾ ਰਹਿ ਗਿਆ, ਉਹ ਪੰਜਾਬ ਛੱਡ ਕੇ ਅਮਰੀਕਾ ਭੱਜ ਆਇਆ। ਇਹ ਜੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਦਸਾਂ ਕੁ ਸਾਲਾਂ ਨੂੰ ਦੁਨੀਆਂ ਦੇ ਨਕਸ਼ੇ 'ਚੋਂ ਪੰਜਾਬ ਨਹੀਂ ਲੱਭਣਾ ਜਿੱਥੇ ਸਿੱਖੀ ਦਾ ਜਨਮ ਹੋਇਆ, ਜਿੱਥੇ ਨਨਕਾਣੇ ਦਾ ਜਨਮ ਹੋਇਆ, ਜਿੱਥੇ ਅਨੰਦਪੁਰ ਸਾਹਿਬ ਦਾ ਜਨਮ ਹੋਇਆ, ਜਿੱਥੇ ਖਾਲਸੇ ਦਾ ਪ੍ਰਗਟ ਕੀਤਾ ਗਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਪ੍ਰਕਾਸ਼ਿਓ ਦੀ ਗੱਲ ਹੋਈ ਹੈ, ਉਹ ਧਰਤੀ ਤੁਹਾਡੇ ਹੱਥੋਂ ਨਿਕਲ ਜੂ। ਇਸ ਲਈ ਬੇਨਤੀ ਕਰਦਾ, ਪਹਿਲੇ ਨਨਕਾਣਾ ਛੱਡਿਆ, ਹੁਣ ਪੰਜਾਬ ਛੱਡੋਗੇ, ਫਿਰ ਅਮਰੀਕਾ ਛੱਡੋਗੇ, ਅੱਗੇ ਕਿੱਥੇ ਜਾਣਾ ਸੋਚ ਲਓ। ਇਸ ਲਈ ਅੱਗੇ ਵੀ ਕੁਝ ਭਵਿੱਖ ਬਾਰੇ ਸੋਚੀਏ। ਭਰਾ ਮਗਰ ਭਰਾ, ਭੈਣ ਮਗਰ ਭੈਣ ਜ਼ਰੂਰ ਰੱਖ ਲਿਓ, ਅਤੇ ਨੌਜਵਾਨੀ ਪਰਾਈ ਬੇਸੀ ਦਾ ਢੰਡੋਰਾ ਪਿੱਟਣ ਦੀ ਬਜਾਏ ਆਪਣੇ ਮਾਂ ਬਾਪ ਨੂੰ ਸਮਰਪਿਤ ਹੋਣ। ਮਾਂ ਬਾਪ ਤੋਂ ਵੱਡਾ ਕੋਈ ਬੈਸਟ ਫਰੈਂਡ ਨਹੀਂ ਜੇ। ਧੋਖਾ ਨਾ ਦਿਓ ਮਾਂ ਪਿਓ ਨੂੰ, ਧੋਖਾ ਖਾਓਗੇ। ਇਸ ਲਈ ਮਾਪਿਆਂ ਦੀ ਕਦਰ ਕਰੋ, ਇਹਨਾਂ ਤੋਂ ਵੱਡਾ ਕੋਈ ਬੈਸਟ ਫਰੈਂਡ ਨਹੀਂ ਹੈਗਾ। ਇਹ ਗੱਲਾਂ ਗੁਰੂ ਘਰ 'ਚ ਸਾਨੂੰ ਬਹੁਤ ਜ਼ਰੂਰੀ ਨੇ ਸਿੱਖਣੀਆਂ, ਉਹਨਾਂ ਬੱਚਿਆਂ ਲਈ ਸੁਰੱਖਿਆ, ਭਵਿੱਖ, ਐਜੂਕੇਸ਼ਨ, ਮੈਡੀਕਲ, ਮਾਨ ਸਨਮਾਨ ਕੀ ਅਸੀਂ ਦੇ ਰਹੇ ਹਾਂ, ਇਹ ਸਾਨੂੰ ਦੱਸਣਾ ਹੋ। ਗੁਰੂ ਕਿਰਪਾ ਕਰਨ, ਸਤਿਗੁਰੂ ਰਹਿਮਤ ਕਰਨ, ਤੁਹਾਡੇ ਤੋਂ ਸਹਿਯੋਗ ਮੰਗਦਾ ਹੈ ਜ਼ਰੂਰ ਗੁਰੂ ਘਰ ਦਾ ਕੀਰਤਨੀਆ, ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਔਰ ਸ਼ੇਰੇ ਪੰਜਾਬ ਦਲ ਦਾ ਮੁੱਖ ਸੇਵਾਦਾਰ ਹੁੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਲਾਮਬੰਦ ਹੋਇਓ, ਆਪਸੀ ਪਿਆਰ ਬਣਾਈ ਰੱਖਿਓ, ਗੁਰੂ ਘਰ ਨੂੰ ਸਮਰਪਿਤ ਰਿਹੋ, ਚੜ੍ਹਦੀ ਕਲਾ 'ਚ ਰਿਹੋ, ਗੁਰੂ ਘਰਾਂ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਿਓ। ਇਹ ਜਿਹੜੀ ਪੱਗ ਹੈ ਇਹ ਬਹੁਤ ਅਹਿਮਤ ਰੱਖਦੀ ਹੈ, ਇਹ ਸਾਡੇ ਸਿਰ 'ਤੇ ਕੋਈ 5-7 ਮੀਟਰ ਦਾ ਕੱਪੜਾ ਨਹੀਂ, ਇਹ ਸਾਡੇ ਗੁਰੂ ਦੀ ਬਖਸ਼ਿਸ਼ ਹੈ, ਸਿਰ ਲੈ ਸਕਦਾ ਹੈ ਪੱਗ ਨਹੀਂ ਲੈ ਸਕਦੀ। ਅਤੇ ਇਹ ਪਿਛਲੇ ਦਿਨੀ ਮਿਰਨਾ ਵੀ ਘਟਨਾ ਵਾਪਰੀ, ਸਾਥੀ ਨਾਲ ਵੀ ਵਾਪਰੀ, ਅਤੇ ਮੈਨੂੰ ਕਈਆਂ ਦੇ ਸੁਨੇਹੇ ਆਏ, ਭਾਈ ਸਾਹਿਬ ਉਹ ਕਮਰੇ 'ਚ ਜਾ ਕੇ ਤੁਸੀਂ ਪੱਗ ਲਾ ਕੇ ਚੈੱਕ ਕਰਾ ਦੇਣਾ ਸੀ। ਮੈਂ ਕਿਹਾ ਸ਼ਰਮ ਕਰ ਲਓ, ਉਹ ਤਾਂ ਮੈਨੂੰ ਬਾਹਰ ਕਹਿ ਰਹੇ ਸੀ, ਮੈਂ ਤਾਂ ਕਮਰੇ 'ਚ ਨਹੀਂ ਲਾ ਸਕਦਾ, ਬਾਹਰ ਕਿੱਥੋਂ ਲਾ ਦੂੰਗਾ, ਮੈਂ ਅਮਰੀਕਾ ਛੱਡ ਕੇ ਚੱਲ ਜਾਊਂਗਾ, ਪੱਗ ਨਹੀਂ ਲਾਉਂਦਾ। ਕਿੰਨਾ ਚਿਰ? ਜਿੰਨਾ ਚਿਰ ਸਿਰ ਹੈ, ਅਤੇ ਜੇ ਪੱਗ ਹੀ ਨਾ ਰਹੀ ਤਾਂ ਫਿਰ ਸਿਰ ਵੀ ਕੀ ਕਰਨਾ। ਇਸ ਲਈ ਇਹ ਪੱਗ ਮੇਰੇ ਗੁਰੂ ਦੀ ਦਾਤ ਹੈ, ਇਹ ਇੱਜ਼ਤ ਹੈ। ਜੇ ਸਿੱਖ ਦੀ ਪੱਗ ਹੀ ਲੈ ਗਈ, ਸਿੱਖ ਦਾ ਰੇਪ ਹੋ ਗਿਆ, ਕੀ ਫਾਇਦਾ ਇਹੋ ਜਿਹੀ ਜ਼ਿੰਦਗੀ ਦਾ। ਇਸ ਲਈ ਗੁਰੂ ਰਹਿਮਤ ਕਰਨ, ਬਖਸ਼ਿਸ਼ ਕਰੇ ਕਿ ਸਾਨੂੰ ਇਸ ਪੱਗ ਅਤੇ ਚੁੰਨੀ ਦੀ ਸਮਝ ਆ ਜਾਏ। ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਬੱਚੀਆਂ, ਇਹ ਜਦੋਂ ਕਿਸੇ ਨੂੰ ਕੱਪੜੇ ਦੇਣੇ ਹੋਣ ਨਾ ਵਿਆਹ ਸ਼ਾਦੀ 'ਤੇ, ਅਤੇ ਨਾਲ ਪੱਗ ਅਤੇ ਦੁਪੱਟਾ ਜ਼ਰੂਰ ਲਾਉਂਦੀਆਂ। ਜੇ ਉਹਨਾਂ ਲੀੜਿਆਂ ਦੇ ਨਾਲ ਦੁਪੱਟਾ ਅਤੇ ਪੱਗ ਨਾ ਹੋਵੇ, ਇਹ ਕਹਿੰਦੀਆਂ ਵਾਪਸ ਮੋੜ ਦਿਓ ਨਹੀਂ ਚਾਹੀਦੇ, ਇਹਨਾਂ ਨੂੰ ਅਕਲ ਹੈ ਨਹੀਂ ਕਿਵੇਂ ਵਰਤੀ ਦਾ, ਪਤਾ ਹੀ ਕੱਖ ਨਹੀਂ। ਬਾਪੂ ਦੇ ਭੋਗ 'ਤੇ ਵੀ ਪੱਗ ਬੰਨ੍ਹੀ ਜਾਂਦੀ, ਮਹਾਰਾਣੀ ਜਿੰਦਾ ਨੇ ਪੱਗ ਹੀ ਵੇਖੀ ਸੀ ਟੋਹ ਕੇ, ਦਲੀਪ ਸਿਰ 'ਤੇ ਪੱਗ ਹੈ ਨਹੀਂ, ਹੁਣ ਨਹੀਂ ਆਉਣਾ ਤੇਰਾ ਦਰਬਾਰ ਖਾਲਸਾ, ਹੁਣ ਨਹੀਂ ਬਣਨੀ ਤੇਰੀ ਸਰਕਾਰ,
ਦਲੀਪ ਧਾਵਾਂ ਮਾਰ ਉੱਠਿਆ ਮਾਂ ਅਜੇ ਨਾ ਮਰੀ ਜਿੰਨਾ ਚਿਰ ਮੈਂ ਪੱਗ ਵਾਪਸ ਨਹੀਂ ਲੈ ਆਉਂਦਾ। ਮੈਂ ਦਰਬਾਰ ਖਾਲਸਾ ਲਿਆਉਣਾ ਚਾਹੁੰਦਾ, ਮੈਂ ਸਰਕਾਰ ਖਾਲਸਾ ਵੇਖਣਾ ਚਾਹੁੰਦਾ। ਇਹ ਸਾਡੀ ਪੱਗ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਜਿੰਨੇ ਭਗਤ ਨੇ, ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰੂ ਕੇ ਸਿੱਖ, ਗੁਰੂ ਸਾਹਿਬਾਨ, ਇਹ ਪਗੜੀ ਧਾਰੀ ਅਤੇ ਕੇਸਾਂ ਧਾਰੀ ਸਨ। ਇਹ ਮਹਾਨ ਦਾਤਾਂ ਗੁਰੂ ਨੇ ਬਖਸ਼ੀਆਂ, ਇਹਨੂੰ ਇੱਥੋਂ ਫੜ ਕੇ ਲਾਹ ਲਈ, ਰੱਖ ਲਈ, ਇੱਦਾਂ ਨਾ ਕਰਿਆ ਕਰੋ। ਇਹ ਪਾਗ ਚੁਣੇ ਕਰ ਬੰਨ੍ਹੇ, ਇਹ ਤਾਜ ਹੈ ਮੇਰੇ ਗੁਰੂ ਦਾ, ਗੁਰੂ ਕਿਰਪਾ ਕਰਨ। ਇਹ ਸਰਦਾਰੀਆਂ ਸਤਿਗੁਰ ਨੇ ਬਖਸ਼ੀਆਂ ਨੇ, ਖਾਲਸਾ ਮੇਰੋ ਰੂਪ ਹੈ ਖਾਸ। ਸਤਿਗੁਰ ਸਭ ਦੀ ਹਾਜ਼ਰੀ ਲਾਉਣ, ਸਾਰਿਆਂ ਨੂੰ ਜੀਉ ਆਇਆ ਆਖਦਾ। ਆਓ ਸਾਰੇ ਮਿਲ ਮਿਲਾ ਕੇ ਆਪਾਂ ਇੱਕ ਦੂਜੇ ਦੇ ਸਾਥੀ ਬਣਦਾ। ਅਤੇ ਸ਼ੇਰੇ ਪੰਜਾਬ ਦੀ ਗੱਲ ਧਿਆਨ 'ਚ ਰੱਖਣੀ ਹੈ, ਜਿੱਥੇ ਭਰਾਵਾਂ ਦਾ ਬੁੜਕਾ ਡਿੱਗੇ, ਭਰਾਵਾਂ ਦੀ ਖਾਤਰ ਮੇਰਾ ਖੂਨ ਤਾਂ ਡੁੱਲ ਸਕਦਾ, ਪਰ ਮੈਂ ਭਰਾਵਾਂ ਦੇ ਵਿਰੋਧ ਵਿੱਚ ਨਹੀਂ ਖੜ ਸਕਦਾ। ਇਹ ਸਤਿਗੁਰ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਸਨ, ਸੰਭਾਲ ਕੇ ਰੱਖਣੀਆਂ। ਆਓ ਸਤਿਗੁਰਾਂ ਨੂੰ ਧੰਨ ਆਖਾਂਗੇ, ਧੰਤਾ ਦੇ ਯੋਗ ਹੋਵਾਂਗੇ। ਜਿਹ ਸਿਮ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟੇ ਖਿੰਨ। ਜਿਹ ਸਤਿਗੁਰ ਸਿਮਰੰਤ, ਰਿਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ, ਰਿਦ ਸਿੱਧ ਨਵਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲੱਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਾ। ਮੈਂ ਆਪ ਜੀ ਸਾਰਿਆਂ ਨੂੰ ਜੀਉ ਆਇਆ ਆਖਦਾ, ਆਪ ਜੀ ਲਈ, ਗੁਰੂ ਘਰ ਦੇ ਵਜ਼ੀਰਾਂ ਲਈ ਅਤੇ ਗੁਰੂ ਘਰ ਦੇ ਸਮੁੱਚੇ ਪ੍ਰਬੰਧਕਾਂ ਲਈ, ਸਿਹਤ ਜਾਪੀਆਂ ਅਤੇ ਗੁਰਸਿੱਖੀਆਂ ਦੀ ਅਰਦਾਸ ਕਰਦਾ। ਬਿਨਾਂ ਅੰਮ੍ਰਿਤ ਛਕੇ ਸੱਚੇ ਹੋਣ ਦਾ ਦਾਅਵਾ ਨਹੀਂ ਕਰਨਾ ਅਤੇ ਅੰਮ੍ਰਿਤ ਛਕੇ ਝੂਠ ਨਹੀਂ ਬੋਲਣਾ। ਗੁਰੂ ਦੇ ਅੰਮ੍ਰਿਤ ਨੂੰ ਚੈਲੰਜ ਨਹੀਂ ਕਰਨਾ ਵੀ ਮਨ ਸੱਚਾ ਹੋਣਾ ਚਾਹੀਦਾ। ਇਹ ਗਲਤੀ ਕਦੇ ਵੀ ਨਹੀਂ ਕਰਨੀ। ਇਸੇ ਜਾਮੇ 'ਚ ਅੰਮ੍ਰਿਤ ਛਕ ਕੇ ਜਾਣਾ ਹੈ, ਅਗਲੀ ਆਸ ਨਹੀਂ ਰੱਖਣੀ, ਇਹ ਧਿਆਨ ਰੱਖਣਾ ਹੈ। ਇੱਥੇ ਤੇ ਸੰਤ ਵਿਨੋਬਾ ਭਾਵੇ ਵਰਗਿਆਂ ਨੇ ਵੀ ਕਹਿ ਦਿੱਤਾ ਸੀ, ਹੁਣ ਮੈਨੂੰ ਇੱਕ ਜਨਮ ਹੋਰ ਲੈਣਾ ਪੈਣਾ ਹੈ ਕਿਉਂਕਿ ਮੈਂ ਅੰਮ੍ਰਿਤ ਤੋਂ ਬਿਨਾਂ ਜਾ ਰਿਹਾ। ਅਤੇ 100 ਸਾਲ ਦਾ ਹੋ ਕੇ ਜਦੋਂ ਜਾਂਦਾ ਹੈ, ਦਰਬਾਰ ਸਾਹਿਬ ਰੋ ਰੋ ਕੇ ਅਰਦਾਸ ਕਰਦਾ ਹੈ, ਵਾਹਿਗੁਰੂ ਤੂੰ ਮੈਨੂੰ ਪਹਿਲਾਂ ਸਮਝ ਦੇ ਦੇਣੋ, ਮੈਂ ਬੇਅੰਮ੍ਰਿਤੀਆ ਨਾ ਮਰਦਾ, ਇਸੇ ਜ਼ਿੰਦਗੀ 'ਚ ਮੈਂ ਅੰਮ੍ਰਿਤ ਛੱਕ ਕੇ ਜਾਂਦਾ। ਸ਼ਾਇਦ ਇਸੇ ਕਰਕੇ ਕਰੀਮ ਬਖਸ਼ ਮੌਲਵੀ ਅੰਮ੍ਰਿਤ ਛੱਕ ਗਏ, ਨੱਥੂ ਰਾਮ ਪ੍ਰੋਫੈਸਰ ਸਾਹਿਬ ਸਿੰਘ ਬਣ ਗਏ, ਰਾਮਜੀ ਦਾਸ ਭਗਤ ਪੂਰਨ ਸਿੰਘ ਬਣ ਗਏ। ਅਫਸੋਸ, ਸਿੱਖਾਂ ਦੇ ਘਰ ਜੰਮਣ ਵਾਲਾ ਪੁੱਛਦਾ ਹੈ, ਅੰਮ੍ਰਿਤ ਜ਼ਰੂਰੀ ਹੈ? ਤੇਰਾ ਜੰਮਣਾ ਜ਼ਰੂਰੀ ਸੀ? ਤੂੰ ਕੀ ਕਰਤਾ ਇੱਥੇ ਆ ਕੇ? ਇਸ ਲਈ ਸੋਚੋ, ਜੋ ਗੁਰ ਕਹੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। Thank you.
ਹੋ
ਕਮਲ ਹਰ ਸਰ।
ਭੁੱਲਾਂ ਦੀ ਖਿਮਾ ਸਭ ਨੂੰ ਜੀਓ ਆਇਆ ਸਭ ਨੂੰ ਸਤਿਗੁਰ ਸਿਹਤ ਜਾਪੀਆਂ ਆਪਸੀ ਪਿਆਰ ਬਖਸ਼ਣ ਸਮੁੱਚੀਆਂ ਸੰਗਤਾਂ ਲਈ ਅਰਦਾਸ ਕਰਦੇ ਹੈ ਪ੍ਰਬੰਧਕ ਵੀਰਾਂ ਗੁਰੂ ਕੇ ਵਜ਼ੀਰਾਂ ਲਈ ਔਰ ਵੀਰ ਨਰਿੰਦਰ ਸਿੰਘ ਸਮੂਹ ਪਰਿਵਾਰ ਜਿਹੜੇ ਗਾਹੇ ਬਗਾਹੇ ਸੰਪਰਕ 'ਚ ਰਹਿ ਕੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਾਉਂਦੇ ਨੇ ਔਰ ਇੱਕ ਪਰਿਵਾਰ ਸਮਝ ਕੇ ਕਹਿੰਦੇ ਨੇ ਸਾਡੇ ਪਰਿਵਾਰ 'ਚ ਵੀ ਆਓ ਇਹ ਵੱਡੀ